ਇਹਦੇ ਵਿੱਚ ਰਾਜ ਕੌਰ ਲੇਡੀਜ ਹੈਗੀ ਆ, ਮੌਜਪੁਰ ਦੀ ਰਹਿਣ ਵਾਲੀ ਹੈਗੀ ਆ, ਜਿਹੜੀ ਉੱਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ, ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਿਵਾ ਸਕੂਟਰੀ ਅਤੇ 80 ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਰਾਬ ਜਿਹੜੀ ਹੈਗੀ ਉਹਦੇ ਕੋਲ ਫੜੀ ਆ, ਅਤੇ ਉਹਨੂੰ ਅਸੀਂ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ। ਨਹੀਂ, ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ। ਹਾਂ, ਪਹਿਲੇ ਵੀ ਇੱਕ ਕੇਸ ਰਜਿਸਟਰ ਆ ਉੱਤੇ। ਹਾਂਜੀ, ਅਲੱਗ ਅਲੱਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ, ਉੱਥੇ ਨਾਕਾ ਲਾਇਆ ਹੋਇਆ ਸੀ। ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜ੍ਹਾ ਇਹਨੇ ਕੋਸ਼ਿਸ਼ ਕੀਤੀ ਵੀ ਮੈਂ ਭੱਜਾਂ, ਫਿਰ ਸਾਨੂੰ ਥੋੜ੍ਹਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ, ਜਿਹੜੀ ਕਿ ਉਹ ਲੇਡੀਜ਼ ਹੋਣ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ। ਇਹਦੇ ਵਿੱਚ ਰਾਜ ਕੌਰ ਲੇਡੀਜ ਹੈਗੀ ਆ, ਮੌਜਪੁਰ ਦੀ ਰਹਿਣ ਵਾਲੀ ਹੈਗੀ ਆ, ਜਿਹੜੀ ਉੱਥੋਂ ਮੌਜਪੁਰ ਤੋਂ ਇੱਥੇ ਸਪਲਾਈ ਕਰਦੀ ਸੀਗੀ ਧਾਰੀਵਾਲ ਆ ਕੇ ਸ਼ਰਾਬ, ਜਿਹਦੇ ਵਿੱਚ ਜਿਹਦੇ ਕੋਲੋਂ ਅਸੀਂ ਉਹਦੀ ਇੱਕ ਐਕਟਿਵਾ ਸਕੂਟਰੀ ਅਤੇ 80 ਬੋਤਲਾਂ ਜਿਹੜੀਆਂ ਹੈਗੀਆਂ ਵਾ ਸ਼ਰਾਬ ਜਿਹੜੀ ਹੈਗੀ ਉਹਦੇ ਕੋਲ ਫੜੀ ਆ, ਅਤੇ ਉਹਨੂੰ ਅਸੀਂ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ। ਨਹੀਂ, ਦੇਸੀ ਦੇਸੀ ਉਹਨਾਂ ਨੇ ਆਪ ਤਿਆਰ ਕੀਤੀ ਹੋਈ। ਹਾਂ, ਪਹਿਲੇ ਵੀ ਇੱਕ ਕੇਸ ਰਜਿਸਟਰ ਆ ਉੱਤੇ। ਹਾਂਜੀ, ਅਲੱਗ ਅਲੱਗ ਜਗ੍ਹਾ ਤੇ ਜਿੱਦਾਂ ਹੈਗੇ ਆ ਉਹ ਸ਼ਰਾਬ ਦਿੰਦੀ ਸੀ। ਅਸੀਂ ਨਾਕਾ ਲਾਇਆ ਹੋਇਆ ਸੀਗਾ ਤੇ ਖੁੰਡਾ ਕੋਲ ਹੈਗਾ ਜਿਹੜਾ, ਉੱਥੇ ਨਾਕਾ ਲਾਇਆ ਹੋਇਆ ਸੀ। ਉੱਥੇ ਜਦੋਂ ਅਸੀਂ ਚੈਕਿੰਗ ਕੀਤੀ ਤਾਂ ਥੋੜ੍ਹਾ ਇਹਨੇ ਕੋਸ਼ਿਸ਼ ਕੀਤੀ ਵੀ ਮੈਂ ਭੱਜਾਂ, ਫਿਰ ਸਾਨੂੰ ਥੋੜ੍ਹਾ ਸ਼ੱਕ ਹੋ ਗਿਆ ਤੇ ਉਹਦੇ ਦੌਰਾਨ ਸਾਨੂੰ ਅਸੀਂ ਉਹਦਾ ਪਿੱਛਾ ਕੀਤਾ, ਜਿਹੜੀ ਕਿ ਉਹ ਲੇਡੀਜ਼ ਹੋਣ ਕਰਕੇ ਘਬਰਾ ਗਈ ਤੇ ਉਹ ਫਿਰ ਉਹ ਸਾਡੇ ਕੋਲੋਂ ਅਸੀਂ ਜਲਦੀ ਫੜ ਲਈ ਅਸੀਂ। ਵਿਸ਼ਾਰਮ ਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਔਰ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਦੇਖੋ ਔਰਤਾਂ ਵੀ ਜੋ ਕਿ ਹੁਣ ਕਿਸੇ ਕਿਸੇ ਕੰਮ ਤੱਕ ਗਿਰ ਚੁੱਕੀਆਂ ਨੇ, ਕਿ ਇਹੋ ਜਿਹੇ ਕੰਮ ਜੋ ਕਿ ਔਰਤਾਂ ਦੇ ਦੁਆਰਾ ਵੀ ਹੁਣ ਕੀਤਾ ਜਾ ਰਿਹਾ। ਪਹਿਲੇ ਤਾਂ ਸਿਰਫ ਮਰਦਾਂ ਦੇ ਦੁਆਰਾ ਨਸ਼ਾ ਵਿਕਾਓ ਕੀਤਾ ਜਾਂਦਾ ਸੀ, ਨਸ਼ਾ ਵੇਚਿਆ ਜਾਂਦਾ ਸੀ, ਪਰ ਹੁਣ ਔਰਤਾਂ ਵੀ ਇੰਨੀਆਂ ਜ਼ਿਆਦਾ ਥੱਲੇ ਗਿਰ ਚੁੱਕੀਆਂ ਨੇ ਕਿ ਨਸ਼ਾ ਵੇਚਦੀਆਂ ਪਈਆਂ ਫੜੀਆਂ ਗਈਆਂ ਨੇ। ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਔਰ ਜੇਕਰ ਤੁਸੀਂ ਵਿਸ਼ਾਰਮ ਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਵਿਸ਼ਾਰਮ ਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਾਇਆ ਔਰ ਜਾਏ। ਤੁਸੀਂ ਦੇਖ ਸਕਦੇ ਹੋ ਕਿ ਅੱਜ ਸਾਡਾ ਪੰਜਾਬ ਕਿਸ ਔਰ ਤੁਰ ਚੁੱਕਿਆ। ਔਰ ਔਰਤਾਂ ਖਾਸ ਕਰਕੇ ਜੋ ਕਿ ਔਰਤਾਂ ਜੋ ਕਿ ਘਰ ਦੀ ਰਖਵਾਲੀ ਦੇ ਲਈ ਹੁੰਦੀਆਂ, ਘਰ ਦੀ ਸੰਭਾਲ ਦੇ ਲਈ ਹੁੰਦੀਆਂ, ਪਰ ਔਰਤਾਂ ਵੀ ਜੋ ਕਿ ਹੁਣ ਗਲਤ ਰਸਤੇ ਦੇ ਉੱਤੇ ਚੱਲ ਚੁੱਕੀਆਂ, ਨਾ ਕਿ ਵੇਚਣ ਦੇ ਉੱਤੇ, ਖਾਣ ਦੇ ਉੱਤੇ ਵੀ ਨਸ਼ਾ ਮਜਬੂਰ ਹੋ ਚੁੱਕੀਆਂ।